ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਅੱਜ ਆਪਾਂ ਸਟਾਰਟ ਕਰਾਂਗੇ ਸੈਕੰਡ ਚੈਪਟਰ ਪੰਜਾਬੀ ਲਾਖਮੀ ਦਾ ਪੀ ਐਸ semesters 6 ਦਾ ਪੰਜਾਬ ਦਾ ਪਿੰਡ ਮੋੜੀ ਗੱਟਨ ਤੋਂ ਮੁਰੱਬੇਬੰਦੀ ਤੱਕ ਸੋ ਲੋਕਤਾਰਾ ਦੀ ਭੂਮਿਕਾ ਤੁਹਾਡੇ ਕੋਰਸ ਕੰਟੈਂਟ ਤੁਹਾਡੀ ਬੁੱਕ ਦਾ ਨਾਮ ਹੈ ਸੋ ਇਹਦੇ ਵਿੱਚ ਕਾਫੀ ਸਾਰੇ ਚੈਪਟਰ ਅਪਾ ਕੰਪਲੀਟ ਕਰ ਚੁੱਕੇ ਹਾਂ ਪਲੇਲਿਸਟ ਆਲਰੇਡੀ ਬਣੀ ਹੋਈ ਹੈ ਜਿਨ੍ਹਾਂ ਨੇ ਚੈੱਕ ਆਊਟ ਨਹੀਂ ਕੀਤੀ ਚੈੱਕ ਆਊਟ ਜ਼ਰੂਰ ਕਰਿਓ ਅਤੇ ਨਾਲ ਹੀ ਜਿਨ੍ਹਾਂ ਦੇ ਰੀਪੀਅਰ ਸੱਪਲੀ ਆਈ ਹੈ ਤਾਂ ਉਹਨਾਂ ਨੂੰ ਇਸ ਸਾਲ ਇਹੀ ਸਿਲੇਬਸ ਜਿਹੜਾ ਹੈ ਫੋਲੋ ਕੀਤਾ ਜਾਏਗਾ ਠੀਕ ਹੈ ਸੋ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਲੋਕਤਾਰਾ ਦੀ ਭੂਮਿਕਾ ਤੁਹਾਡੀ ਜਿਹੜੀ ਹੈਗੀ ਹੈ ਬੁੱਕ ਦਾ ਨਾਮ ਹੈ ਇਸ ਤੋਂ ਇਲਾਵਾ ਹੋਰ ਕਾਫੀ ਸਾਰਾ ਕੰਟੈਂਟ ਮ ਅਵੇਲੇਬਲ ਆ ਕਾਫੀ سارے ਸਬਜੈਕਟਸ ਆ ਇੰਗਲਿਸ਼ ਦੀ ਤਿਆਰੀ ਸੋਸ਼ੀਅਲ ਜੀ ਦੀ ਤਿਆਰੀ ਹਿਸਟਰੀ ਦੀ ਤਿਆਰੀ ਪੋਲੀਟੀਕਲ ਸਾਇੰਸ ਕਾਫੀ سارے ਸਬਜੈਕਟਸ ਦੀ ਤਿਆਰੀ ਮੇਰੇ ਚੈਨਲ ਦੇ ਉੱਤੇ ਜਿਹੜੀ ਹੈ ਅਵੇਲੇਬਲ ਆ ਸੋ ਨਾਲ ਹੀ ਟੈਲੀਗ੍ਰam ਚੈਨਲ ਨੂੰ ਵੀ ਫੋਲੋ ਕਰ ਲੈਣਾ ਉੱਥੇ ਵੀ ਕਾਫੀ ਸਾਰਾ ਕੰਟੈਂਟ ਮੇ ਪਾਇਆ ਹੋਇਆ ਹੈ ਸਕਰੋਲ ਕਰੋਗੇ ਤਾਂ ਤੁਹਾਨੂੰ ਫਾਈਲ ਲਿਸਟ ਦੇ ਵਿੱਚ ਸਾਰਾ ਕੁਝ ਜਿਹੜਾ ਹੈ ਮਿਲ ਜੇਗਾ ਸੋ ਸਟਾਰਟ ਕਰਦੇ ਹਾਂ ਪੰਜਾਬ ਦਾ ਪਿੰਡ ਮੋੜੀ ਗੱਡਣ ਤੋਂ ਮਰੱਬੇਬੰਦੀ ਤੱਕ ਮਰੱਬੇਬੰਦੀ ਕੀ ਹੁੰਦਾ ਹੈ ਕਿ ਇੱਕ ਜਗ੍ਹਾ ਜਿਵੇਂ ਆਪਾਂ ਉਹ ਮਤਲਬ ਨੀਂਵ ਵਗੈਰਾ ਰੱਖ ਲੈਂਦੇ ਹਾਂ ਕਿ ਇਹ ਸਾਰਾ ਜਿਹੜਾ ਹੈਗਾ ਸਾਡਾ ਏਰੀਆ ਹੋ ਗਿਆ ਤਾਂ ਪਿੰਡ ਕਦੋਂ ਤੋਂ ਜਿਹੜੇ ਨੇ ਉਪਜੇ ਨੇ ਪੰਜਾਬ ਦੇ ਵਿੱਚ ਕਿੱਦਾਂ ਉਹਨਾਂ ਦਾ ਨਾਮ ਦਿੱਤਾ ਗਿਆ ਕਿੱਦਾਂ ਜਿਹੜਾ ਹੈਗਾ ਉਹਨਾਂ ਦੀ ਵਿਉਂਤ ਕੀਤੀ ਗਈ ਕਿੱਦਾਂ ਉਹਨਾਂ ਦੀ ਬੰਤਰ ਕੀ ਉਹਨਾਂ ਦੇ ਵਿੱਚ ਚੇਂਜਸ ਆਏ ਨੇ ਇਹ ਸਾਰਾ ਜਿਹੜਾ ਹੈਗਾ ਕਨਸੈਪਟ ਇਸ ਚੈਪਟਰ ਦੇ ਵਿੱਚ ਕਵਰ ਕੀਤਾ ਗਿਆ ਇਸ ਨਿਬੰਧ ਦੇ ਵਿੱਚ ਬਲਵਿੰਦਰ ਗਰੇਵਾਲ ਦੀ ਲਿਖੀ ਹੋਈ ਰਚਨਾ ਹੈ ਇਸ ਦਾ ਵਿਸ਼ਾ ਜਿਹੜਾ ਹੈ ਨਿਬੰਧ ਦਾ ਪੰਜਾਬ ਦੇ ਵਿੱਚ ਜਿਹੜੇ ਵੀ ਪਿੰਡ ਨੇ ਉਹਨਾਂ ਦੀ ਮੋੜੀ ਗੱਢਣ ਤੋਂ ਲੈ ਕੇ ਅਰਥਾਤ ਨੀਰ ਰਖਣ ਮੋੜੀ ਗੱਢਣ ਯਾਨੀ ਕਿ ਨੀਰ ਰਖਣਾ ਕਿੱਦਾਂ ਉਹਨਾਂ ਦੀ ਨੀਰ ਰੱਖੀ ਗਈ ਕਿੱਦਾਂ ਉਹਨਾਂ ਦੀ ਹੁਣ ਤੱਕ ਦੀ ਬੰਤਰ ਹੋਈ ਕਿੱਦਾਂ ਵਿਉਂਤਬੰਦੀ ਕਿੱਦਾਂ ਉਹਨਾਂ ਦੀ ਪਲੈਨਿੰਗ ਕੀਤੀ ਗਈ ਕਿੱਦਾਂ ਕਿੱਦਾਂ ਉਹਨਾਂ ਦੇ ਵਿੱਚ ਤਬਦੀਲੀਆਂ ਆਈਆਂਗੇ ਇਹ ਸਾਰਾ ਕੁਝ ਦਰਸਾਇਆ ਗਿਆ ਬੜੀ ਸੂਝ ਬੂਝ ਦੇ ਨਾਲ ਡੂੰਗੀ ਸੋਚ ਦੇ ਨਾਲ ਕੋਚ ਦੇ ਨਾਲ ਅਧਿਐਨ ਦੇ ਨਾਲ ਇਸ ਦਾ ਵਿਸ਼ਾ ਜਿਹੜਾ ਹੈ ਪੇਸ਼ ਕੀਤਾ ਗਿਆ ਹੈ ਬਲਵਿੰਦਰ ਗਰੇਵਾਲ ਦੇ ਵੱਲੋਂ ਨਿਬੰਧਕਾਰ ਦੱਸਦਾ ਠੀਕ ਹੈ ਬਲਵਿੰਦਰ ਗਰੇਵਾਲ ਦੱਸਦੇ ਨੇ ਕਿ ਪੰਜਾਬ ਦੇ ਪਿੰਡਾਂ ਦੀ ਜਿਹੜੀ ਵਿਉਂਤਬੰਦੀ ਹੈ ਠੀਕ ਹੈ ਵਿਉਂਤਬੰਦੀ ਜਾਨੀ ਕਿ ਜਿਹੜੀ ਪਲੈਨਿੰਗ ਹੈ ਅਤੇ ਉਹਨਾਂ ਦਾ ਸੱਭਿਆਚਾਰਕ ਹੋਂਦ ਹੈ ਉਹਨਾਂ ਦੀ ਕਲਚਰਲ ਐਗਜ਼ਿਸਟੈਂਸ ਹੈ ਅਤੇ ਉਹਨਾਂ ਦੀ ਭੂਗੋਲਿਕ ਸਥਿਤੀ ਹੈ ਇਹ ਸਾਰਾ ਕੁਝ ਜਿਹੜਾ ਹੈ ਇਹ ਸਾਹਮਣੇ ਮੱਦੇ ਨਜ਼ਰ ਰੱਖ ਕੇ ਹੀ ਸਮਝਿਆ ਜਾ ਸਕਦਾ ਹੈ ਤੇ ਲੇਖਕ ਦੱਸਦੇ ਨੇ ਕਿ ਪੰਜਾਬ ਵਿੱਚ ਜਿਹੜੇ ਪਹਿਲਾਂ ਕੀ ਹੁੰਦਾ ਸੀ ਸਾਰੇ ਜਗ੍ਹਾ ਦੇ ਉੱਤੇ ਜੰਗਲੀ ਜੰਗਲ ਹੁੰਦੇ ਸੀਗੇ ਜਦੋਂ ਹਿਊਮਨ ਸੋਸਾਇਟੀ ਜਿਹੜੀ ਹੈ ਆਈ ਹੈ ਠੀਕ ਹੈ ਤਾਂ ਪੰਜਾਬ ਦੇ ਵੀ ਲੋਕ ਪਹਿਲਾਂ ਜੰਗਲਾਂ 'ਚ ਰਹਿੰਦੇ ਸੀ ਅਤੇ ਪਾਣੀ ਦੇ ਵਹਾਅ ਦੇ ਰੁੱਖ ਜਿਹੜੇ ਨੇ ਉਹ ਜੰਗਲਾਂ ਤੋਂ ਬਾਹਰ ਆ ਕੇ ਵੀ ਵਸਦੇ ਰਹੇ ਨੇ ਪਹਿਲਾਂ ਪਿੰਡਾਂ 'ਚ ਰਹਿੰਦੇ ਸੀ ਜਿਉਂ-ਜਿਉਂ ਜਨਰੇਸ਼ਨ ਵਧੀ ਹੈ ਤਾਂ ਇਹ ਜਿਹੜੇ ਨੇ ਪਿੰਡਾਂ ਤੋਂ ਬਾਹਰ ਆ ਕੇ ਵੀ ਸੌਰੀ ਜੰਗਲਾਂ ਤੋਂ ਬਾਹਰ ਆ ਕੇ ਵੀ ਵਸਦੇ ਰਹੇ ਨੇ ਵਧਦੀ ਆਬਾਦੀ ਜਿਹੜੀ ਹੈ ਪਾਈਏ ਵੰਡ ਉਕੇ ਇੱਕ ਤੋਂ ਦੋ ਪਿੰਡਾਂ ਵਿੱਚ ਵੀ ਵਿਗਸਦੀ ਰਹੀ ਹੈ ਵਿਗਸਦੀ મતલਬ ਅੱਗੇ ਵੱਧਦੀ ਰਹੀ ਹੈ ਠੀਕ ਹੈ ਕਿਉਂਕਿ ਦੇਖੋ ਪਹਿਲਾਂ ਜੰਗਲ 'ਚ ਰਹਿੰਦੇ ਸੀ ਹੁਣ ਜਦੋਂ ਪੋਪੂਲੇਸ਼ਨ ਵੱਧਦੀ ਗਈ ਹੈ ਆਬਾਦੀ ਵੱਧਦੀ ਗਈ ਤਾਂ ਇਹ ਜਿਹੜੇ ਨੇ ਪਿੰਡ ਅੱਗੇ-ਅੱਗੇ ਵੱਧਦੇ ਗਏ ਨੇ ਤਾਂ ਉਸ ਵੱਡੇ ਪਿੰਡ 'ਚੋਂ ਜਿਹੜੇ ਹੈ ਇੱਕ ਪਿੰਡ 'ਚੋਂ ਦੋ ਪਿੰਡ ਜਿਹੜੇ ਹੈ ਹੋਰ ਪਿੰਡ ਜਿਹੜੇ ਨੇ ਨਿਕਲਦੇ ਰਹੇ ਨੇ ਜਿਵੇਂ ਕਿ ਮਾਜਰੇ ਹੋਗੇ ਠੀਕ ਹੈ ਇੱਕ ਮਾਜਰੀ ਵੱਟੀ ਹੁੰਦੀ ਹੈ ਇੱਕ ਮਾਜਰੀ ਛੋਟੀ ਹੁੰਦੀ ਹੈ ਇੱਕ ਖੁਰਦ ਹੁੰਦਾ ਇੱਕ ਕਲਾ ਹੁੰਦਾ ਲਾਈਕ ਫੋਰ ਐਗਜ਼ਾਮਪਲ ਪਟਿਆਲੇ ਦੇ ਵਿੱਚ ਇੱਕ ਹੈਗੀ ਹੈ ਦੌਣ ਕਲਾ ਇੱਕ ਹੈਗੀ ਹੈ ਦੌਣ ਖੁਰਦ ਠੀਕ ਹੈ ਸੋ ਐਦਾਂ ਪਟੇੜੀ ਕਲਾ ਪਟੇੜੀ ਖੁਰਦ ਠੀਕ ਹੈ ਕਾਫੀ ਸਾਰੇ ਐਵੇਂ ਦੇ ਪਿੰਡ ਨੇ ਉੱਚੇ ਨੀਵੇਂ ਪਿੰਡ ਜਿਹੜੇ ਨੇ ਕਈ ਵੱਡੇ ਪਿੰਡਾਂ ਨੂੰ ਜਿਹੜਾ ਹੈ ਉੱਚੇ ਪਿੰਡ ਕਿਹਾ ਜਾਂਦਾ ਛੋਟੇ ਪਿੰਡਾਂ ਨੂੰ ਜਿਹੜਾ ਹੈਗਾ ਨੀਵੇਂ ਪਿੰਡ ਕਿਹਾ ਜਾਂਦਾ ਸੋ ਐਦਾਂ ਜਿਹੜਾ ਹੈ ਇਹ ਹੋਂਦ ਚ ਆਇਨੀ ਠੀਕ ਹੈ ਦੌਣ ਕਲਾ ਦੌਣ ਖੁਰਦ ਪਟੇੜੀ ਕਲਾਂ ਪਟੇੜੀ ਖੁਰਦ ਠੀਕ ਹੈ ਸੋ ਐਦਾਂ ਸੋ ਪੰਜਾਬ ਦੇ ਪਿੰਡ ਜਗੀਰੂ ਦੌਰ ਵਿੱਚ ਛੋਟੀਆਂ-ਛੋਟੀਆਂ ਰਿਆਸਤਾਂ ਵਾਂਗ ਵਿਚਰਦੇ ਰਹੇ ਨੇ ਤਾਂ ਕਹਿੰਦੇ ਜਿਹੜੇ ਪੰਜਾਬ ਦੇ ਪਿੰਡ ਹੁੰਦੇ ਸੀ ਨਾ ਪਹਿਲਾਂ ਬਹੁਤ ਵੱਡੇ-ਵੱਡੇ ਪਿੰਡ ਹੁੰਦੇ ਸੀ ਤਾਂ ਇਹ ਜਗੀਰੂ ਦੌਰ ਮਤਲਬ ਕਿ ਇਹ ਰਿਆਸਤਾਂ ਵਾਂਗੂ ਰਾਜਿਆਂ ਦੇ ਵਾਂਗੂ ਵੀ ਐਡਾ ਵੱਡਾ ਐ ਵੀ ਉਸ ਪਿੰਡ ਦੇ ਵਿੱਚ ਜਿਹੜੇ ਸੀਗੇ ਇੱਕ ਦੂ ਇੱਕ ਦੂਤ ਅਗਰ ਆਂਦਾ ਹੁੰਦਾ ਸੀ ਤਾਂ ਐਦਾਂ ਹੁੰਦਾ ਸੀਗਾ ਕਿ ਇਹ ਰਾਜ ਜਿਵੇਂ ਕਿ ਵੀ ਰਾਜੇ ਦਾ ਦੂਤ ਹੁੰਦਾ ਹੈ ਤਾ ਅੱਜ ਵੀ ਮਰਨੇ ਪੰਨੇ ਜਾਂ ਵਿਆਹ ਸ਼ਾਦੀ ਦੇ ਮੌਕੇ ਸੁਖ ਸੁਨੇਹਾ ਲੈ ਕੇ ਆਏ ਲਾਗੀ ਜਿਹੜੇ ਹੁੰਦੇ ਨੇ ਉਸ ਨਾਲ ਸਾਰੇ ਪਿੰਡ ਦਾ ਵਿਹਾਰ ਜਿਹੜਾ ਹੈ ਇੱਕ ਰਿਆਸਤ ਤੋਂ ਦੂਜੀ ਰਿਆਸਤ ਦੇ ਦੂਤ ਵਰਗਾ ਕੀਤਾ ਜਾਂਦਾ ਹੈ ਕਿ ਵੱਡੇ ਵੱਡੇ ਪਿੰਡ ਹੁੰਦੇ ਸੀ ਜਿਹੜੇ ਪੰਜਾਬ ਦੇ ਅਗਰ ਇੱਕ ਪਿੰਡ ਦਾ ਲਾਗੀ ਦੂਜੇ ਪਿੰਡ ਚ ਜਾਂਦਾ ਸੀ ਤਾਂ ਉਸ ਨਾਲ ਐਦਾਂ ਦਾ ਬਿਹੇਵ ਕੀਤਾ ਜਾਂਦਾ ਸੀ ਜਿਵੇਂ ਕਿ ਇੱਕ ਰਿਆਸਤ ਦੇ ਰਾਜੇ ਦਾ ਐਮਬੈਸਡਰ ਦੂਤ ਆਇਆ ਹੈਗਾ ਸਾਡੇ ਏਰੀਆ ਦੇ ਵਿੱਚ ਠੀਕ ਹੈ ਐਦਾਂ ਉਸ ਦਾ ਮਾਨ ਸਤਕਾਰ ਕੀਤਾ ਜਾਂਦਾ ਸੀ ਬਰੂਹਾਾਂ ਦੇ ਵਿੱਚ ਬਰੂਹਾਾਂ ਯਾਨੀ ਕਿ ਬਾਰ ਠੀਕ ਹੈ ਦਰਵਾਜੇ ਦਰਵਾਜੇ ਵਿੱਚ ਤੇਲ ਚੋਕੇ ਉਸ ਦਾ ਸਵਾਗਤ ਕੀਤਾ ਜਾਂਦਾ ਸੀ ਅਤੇ ਉਸ ਦੀ ਗੱਲ ਸੁਣਨ ਲਈ ਸਾਰਾ ਜਿਹੜਾ ਹੈ ਇਕੱਠ ਕੀਤਾ ਜਾਂਦਾ ਸੀ ਵੀ ਇਹ ਲੱਗ ਗਿਆ ਹੈ ਦੂਜੇ ਪਿੰਡ ਤੋਂ ਅਤੇ ਉਸ ਦੀ ਗੱਲ ਬੜੇ ਸ਼ਾਂਤ ਬੜੇ ਇਕੱਠ ਤਰੀਕੇ ਦੇ ਨਾਲ ਇਕੱਠ ਕਰਕੇ ਸੁਣੀ ਜਾਂਦੀ ਸੀ ਅਤੇ ਉਸ ਦੀ ਆਉ ਭਗਤ ਕੀਤੀ ਜਾਂਦੀ ਸੀ ਸਵਾਗਤ ਕੀਤਾ ਜਾਂਦਾ ਸੀ ਜਦੋਂ ਉਹ ਵਿਦਾ ਹੁੰਦਾ ਸੀ ਤਾਂ ਹੱਥ ਜੋੜ ਕੇ ਉਸ ਨੂੰ ਕੀ ਹੈਗੇ ਜੋੜੇ ਜਾਂ ਮੇ ਯਾਨੀ ਕਿ ਕੱਪੜੇ ਤੋਹਫੇ ਵਗੈਰਾ ਦਿੱਤੇ ਜਾਂਦੇ ਸੀਗੇ ਠੀਕ ਹੈ ਅਤੇ ਬਹੁਤ ਹੀ ਅੱਛੇ ਤਰੀਕੇ ਨਾਲ ਉਸ ਨਾਲ ਬਿਹੇਵ ਕੀਤਾ ਜਾਂਦਾ ਸੀ ਜਿਵੇਂ ਕਿ ਇੱਕ ਰਾਜ ਦੇ ਦੂਤ ਨਾਲ ਕੀਤਾ ਜਾਂਦਾ ਸੀ ਠੀਕ ਹੈ ਤਾਂ ਪਿੰਡਾਂ ਦੇ ਵਿੱਚ ਕੀਤੀ ਜਾਂਦੀ ਬਿਉਂਤਬੰਦੀ ਇਸ ਦਾ ਪੂਗੋਲਿਕ ਕੀਤਾਵਾਰ ਅਤੇ ਸੱਭਿਆਚਾਰਕ ਖਾਸਾ ਦਰਸਾਉਂਦਾ ਹੈ ਠੀਕ ਹੈ ਪਹਿਲਾ ਪਿੰਡਾਂ ਚ ਕੀ ਹੁੰਦਾ ਸੀ ਪੂਰੀ ਪਲੈਨਿੰਗ ਜਿਹੜੀ ਪੂਰੀ ਪਲੈਨਿੰਗ ਹੁੰਦੀ ਸੀ ਉਹਦੀ ਲੋਕੇਸ਼ਨ ਦੇਖ ਕੇ ਭੂਗੋਲਿਕ ਏਰੀਆ ਦੇਖ ਕੇ ਕਿੱਤਾ ਵਰਕੇ ਕਿਹੜੇ ਕਿੱਤਾ ਜਿਹੜਾ ਹੈ ਉਸ ਪਿੰਡ ਦਾ ਹੈਗਾ ਮੇਨਲੀ ਕਿੱਤਾ ਕਿਹੜਾ ਹੈਗਾ ਅਤੇ ਸੱਭਿਆਚਾਰ ਖਾਸਾ ਅਤੇ ਉਹਨਾਂ ਦਾ ਸੱਭਿਆਚਾਰਕ ਦੀ ਜੇ ਸੱਭਿਆਚਾਰ ਦੀ ਜਿਹੜੀ ਹੈਗੀ ਹੈ ਉਹ ਖਾਸੀਅਤ ਕੀ ਹੈਗੀ ਤਾਂ ਇਹ ਸਾਰਾ ਦੇਖ ਕੇ ਹੀ ਪਿੰਡਾਂ ਦੀ ਬਿਉਂਤਬੰਦੀ ਕੀਤੀ ਜਾਂਦੀ ਸੀ ਪਿੰਡ ਦਾ ਜਿਹੜਾ ਪੰਜਾਬ ਦਾ ਪਿੰਡ ਜਿਹੜਾ ਸੀ ਉਹ ਨੀਵੀਂ ਥਾਂ ਬਨੇ ਟੋਬੇ ਤੋਂ ਸ਼ੁਰੂ ਹੁੰਦਾ ਸੀ ਪੰਜਾਬ ਦਾ ਬਹੁਤ ਸਾਰਾ ਇਲਾਕਾ ਦੁਆਬਿਆਂ ਦੀ ਧਰਤੀ ਹੈ ਇਸ ਕਰਕੇ ਬਹੁਤ ਸਾਰੇ ਹਿੱਸੇ ਜਿਹੜੇ ਨੇ ਦਰਿਆਵਾਂ ਦੇ ਢਟਾਏ ਢਾਈ ਯਾਨੀ ਕਿ ਕਿਨਾਰਿਆਂ ਦੇ ਉੱਤੇ ਆਊਟਸਕਰਟਸ ਏਰੀਆ ਦੇ ਜਿੱਥੇ ਦਰਿਆ ਆ ਨੇ ਫੋਰ ਐਗਜ਼ਾਮਪਲ ਉਹਦੇ ਏਰੀਆ ਦੇ ਵਿੱਚ ਜਿੰਨੇ ਵੀ ਜਿਹੜੇ ਹੁੰਦੇ ਨੇ ਲੋਕੇਸ਼ਨ ਹੁੰਦੀ ਸੀ ਉਹਨੂੰ ਢਟਾਏ ਕਿਹਾ ਜਾਂਦਾ ਸੀਗਾ ਤਾਂ ਉਤੇ ਵਸੇ ਹੋਏ ਨੇ ਅੱਜ ਵੀ ਲੋਕ ਵੰਦੇ ਪਾਣੀ ਦੇ ਜਿਹੜੇ ਹੈਗੇ ਵਰਤਾਰੇ ਦਾ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਪਾਣੀ ਹੈ ਇਹ ਵਹਿ ਕੇ ਕਿੱਥੇ ਜਾ ਰਿਹਾ ਠੀਕ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਹੈ ਕਿਉਂਕਿ ਦਰਿਆਵਾਂ ਤੋਂ ਹੀ ਉਹ ਸਿਜਾਈ ਦਾ ਇਰੀਗੇਸ਼ਨ ਦਾ ਕੰਮ ਕਰਦੇ ਸੀਗੇ ਦਰਿਆ ਦੇ ਢਾਵੇ ਹੇ ਤੇ ਕਿਨਾਰਿਆਂ ਦੇ ਵਿੱਚ ਜਿਹੜੇ ਵਸੇ ਪਿੰਡ ਸੀਗੇ ਉਹ ਘਰ ਬਣਾਉਣ ਲਈ ਜਿਹੜਾ ਹੈਗਾ ਦਬ ਸਰਕੜੇ ਦੀ ਵੀ ਵਤੋ ਵਦੇਰੇ ਵਰਤੋਂ ਜਿਹੜੀ ਸੀ ਇਹ ਕਰਦੇ ਹੁੰਦੇ ਸੀ ਅਤੇ ਮੋੜੀ ਜੰਗਲ ਜਾਨਵਰਾਂ ਤੋਂ ਰੱਖਿਆ ਦੀ ਜਿਹੜੀ ਹੈਗੀ ਇੱਕ ਤਰ੍ਹਾਂ ਓਟ ਹੁੰਦੀ ਸੀ ਮੋੜੀ ਕੀ ਜਿਵੇਂ ਕਿ ਐ ਐਦਾਂ ਕਰਕੇ ਨਾ ਇੱਕ ਵਾਰਡ ਜੀ ਲਗਾ ਦਿੱਤੀ ਜਾਂਦੀ ਸੀਗੀ ਤਾਂ ਕਿ ਜਿਹੜਾ ਹੈ ਜਾਨਵਰ ਇਹਨਾਂ ਦੀਆਂ ਫਸਲਾਂ ਦੀ ਜਿਹੜੀ ਹੈਗੀ ਹੈ ਖਰਾਬ ਨਾ ਕਰ ਦੇਣ ਫਸਲਾਂ ਦੀ ਰਾਖੀ ਤੋਂ ਜਿਹੜਾ ਹੈਗਾ ਇਹ ਕੀ ਕਰਦੇ ਹੁੰਦੇ ਸੀ ਜਾਨਵਰਾਂ ਦੀ ਰਾਖੀ ਤੋਂ ਫਸਲਾਂ ਦੇ ਆਲੇ ਦੁਆਲੇ ਜਿਹੜਾ ਹੈਗਾ ਐਦਾਂ ਮੋੜੀ ਕਰ ਦਿੰਦੇ ਸੀ ਮੋੜੀ ਯਾਨੀ ਕਿ ਲਾਈਕ ਇੱਕ ਇੱਕ ਟਾਈਪ ਦੇ ਨੱਕੇ ਲਗਾ ਦਿੰਦੇ ਸੀ ਨੱਕੇ ਕਿਦਾਂ ਕਿ ਜਾਂ ਤਾਂ ਤਾਰ ਆਲੇ ਦੁਆਲੇ ਲਗਾ ਦਿੰਦੇ ਸੀਗੇ ਖੰਭੇ ਪੱਟ ਕੇ ਠੀਕ ਹੈ ਜਾਂ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਲੱਕੜੀਆਂ ਵਗੈਰਾ ਲਗਾ ਦਿੰਦੇ ਸੀ ਤਾਂ ਕਿ ਜਿਹੜੇ ਹੈ ਜਾਨਵਰ ਸਾਡੀ ਫਸਲ ਦੇ ਅੰਦਰ ਜਿਹੜੇ ਹੈ ਦਾਖਲ ਨਾ ਹੋਣ ਨਿਬੰਧਕਾਰ ਦੱਸਦਾ ਸੀ ਕਿ ਟੋਬਾ ਜਿਹੜਾ ਹੈ ਪਿੰਡ ਦੀ ਸਭ ਤੋਂ ਰਮਣੀਕ ਥਾਂ ਬਹੁਤ ਚਲਪਲ ਵਾਲੀ ਥਾਂ ਹੁੰਦੀ ਸੀ ਤੋ ਟੋਬਾ ਏਰੀਆ ਠੀਕ ਹੈ ਹੁਣ ਵੀ ਹਰੇਕ ਪਿੰਡੇ ਚ ਇੱਕ ਨਾ ਇੱਕ ਟੋਬਾ ਜ਼ਰੂਰ ਹੁੰਦਾ ਇੱਥੇ ਪੀਣ ਦਾ ਪਾਣੀ ਜਿਹੜਾ ਸੀ ਇੱਕ ਪਾਸੇ ਸਾਂਭ ਲਿਆ ਜਾਂਦਾ ਸੀ ਅਤੇ ਇਹ ਪਾਣੀ ਹੋਰ ਸਾਰੀਆਂ ਲੋੜਾਂ ਵੀ ਪੂਰੀਆਂ ਕਰਦੇ ਸੀ ਪੀਣ ਵਾਲਾ ਪਾਣੀ ਜਿਹੜਾ ਸੀਗਾ ਉਹ ਸਾਈਡ ਤੇ ਕਰ ਦਿੱਤਾ ਜਾਂਦਾ ਸੀਗਾ ਠੀਕ ਹੈ ਅਤੇ ਖੇਤਾਂ ਦੇ ਵਿੱਚੋਂ ਫਸਲ ਵੱਢ ਕੇ ਇੱਥੇ ਮੁਹਾਰੇ ਲਾ ਕੇ ਸਾਂਝੇਗਾ ਜਿਹੜੇ ਸੀਗੇ ਉੱਥੇ ਲਗਾ ਦਿੱਤੇ ਜਾਂਦੇ ਸੀਗੇ ਅਤੇ ਪਿੰਡ ਦਾ ਜਿਹੜਾ ਇੱਕ ਕੋਈ ਵੀ ਜੀਕ ਕਰਦੇ ਵਿੱਚੋਂ ਜਿਹੜਾ ਹੈ ਉਹਦੀ ਡਿਊਟੀ ਲਗਾਈ ਜਾਂਦੀ ਸੀਗੀ ਟਰਨ ਬਾਈ ਟਰਨ ਤੇ ਉਹ ਉਹਨਾਂ ਦੀ ਰਾਖੀ ਕਰਦਾ ਹੁੰਦਾ ਸੀਗਾ ਠੀਕ ਹੈ ਖੂਹ ਲੱਗਣ ਦੇ ਨਾਲ ਜਿਹੜਾ ਹੈ ਟੋਬਿਆਂ ਵੰਨੀਆਂ ਸਾਂਝਾ ਖਤਮ ਹੋ ਗਈਆਂ ਕਿਉਂਕਿ ਪਹਿਲਾਂ ਕੀ ਹੁੰਦੇ ਸੀਗੇ ਟੋਬੇ ਹੁੰਦੇ ਸੀ ਜਦੋਂ ਖੂਹ ਆ ਗਏ ਲੋਕਾਂ ਦੇ ਘਰੇ ਤਾਂ ਹਰੇਕ ਨੇ ਆਪਣੇ ਆਪਣੇ ਘਰੇ ਜਿਹੜੇ ਸੀ ਖੂਹ ਪਟਵਾ ਲਏ ਅਤੇ ਮੁਹਾਰੇ ਅਤੇ ਗਾਹ ਵੀ ਜਿਹੜੇ ਸੀਗੇ ਇਹ ਸਾਂਝੇ ਖੂਹਾਂ ਦੇ ਉੱਤੇ ਚਲੇ ਗਏ ਸਾਂਝ ਪਿੰਡਾਂ ਤੋਂ ਕਰਾਂ ਤੱਕ ਸੁngੜ ਗਈ ਠੀਕ ਹੈ ਜਿਹੜੀ ਸਾਂਝ ਸੀਗੀ ਉਹ ਪਿੰਡਾਂ ਤੋਂ ਕਰਾਂ ਤੱਕ ਸੁngੜ ਗਈ ਲੋਕ ਆਪਣੇ ਘਰ ਦੇ ਵਿੱਚ ਹੀ ਜਿਹੜੇ ਸੀਗੇ ਬਿਜ਼ੀ ਹੋ ਗਏ ਕਿਤੇ ਤਾਂ ਉਹ ਟੋਬੇ ਦੇ ਉੱਤੇ ਪਹਿਲਾਂ ਰਮਣੀਕਤਾ ਹੁੰਦੀ ਸੀ ਚਹਲ ਪੈਰ ਹੁੰਦੀ ਸੀ ਅਤੇ ਸਾਂਝਾ ਟਰੋਬਾ ਹੁੰਦਾ ਸੀ ਫਸਲ ਜਿਹੜੀ ਸੀ ਇਕੱਠੀ ਸਾਂਭੀ ਜਾਂਦੀ ਸੀ ਹਣਾ ਆਲੇ ਦੁਆਲੇ ਮੋੜੀ ਕਰ ਦਿੱਤੀ ਜਾਂਦੀ ਸੀ ਪਰ ਬਾਅਦ ਦੇ ਵਿੱਚ ਟਿਊਬਵੈੱਲ ਲੱਗ ਗਏ ਅਤੇ ਖੂਹਾਂ ਨੇ ਬਹੁਤੇ ਸਿਰ ਜੋੜ ਕੇ ਰੱਖੇ बेशक ਕਿਤੇ ਕਿਤੇ ਖੂਹਾਂ ਦੀਆਂ ਵਾਰੀਆਂ ਨੇ ਵੀ ਜਿਹੜੇ ਨੇ ਪੜਵਾਏ ਵੀ ਠੀਕ ਹੈ ਤਾਂ ਇਸ ਤਰ੍ਹਾਂ ਕੀ ਆਪਾਂ ਨੇ ਦੇਖਿਆ ਸ਼ਰੀਕ ਪਿਕਚਰਸ ਜੇ ਤੁਸੀਂ ਦੇਖਿਆ ਕਿ ਪਾਣੀ ਪਿੱਛੇ ਹੀ ਲੜਾਈ ਹੋ ਜਾਂਦੀ ਹੈ ਤਾਂ ਐਦਾਂ ਦੀਆਂ ਲੜਾਈਆਂ ਵੀ ਹੋਈਆਂ ਨੇ ਖੂਹਾਂ ਕਰਕੇ ਠੀਕ ਹੈ ਟਿਊਬਵੱਲਾਂ ਕਰਕੇ ਤਾਂ ਖੋਬੇ ਤੋਂ ਸੋਰੀ ਟੋਬੇ ਤੋਂ ਖੂਹ ਤੱਕ ਦੇ ਸਫ਼ਰ ਪਿੰਡ ਦੇ ਆਪਸੀ ਅਤੇ ਜ਼ਮੀਨ ਨਾਲ ਰਿਸ਼ਤੇ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ ਆਜ਼ਾਦੀ ਤੋਂ ਬਾਅਦ ਮੁਰੱਬੇਬੰਦੀ ਤੱਕ ਪਿੰਡ ਦੀ ਬਾਹਰਲੀ ਫਿਰਨੀ ਅਤੇ ਅੰਦਰਵਾਰ ਲਗਾ ਖੂਹ ਜਿਹੜਾ ਸੀ ਪਿੰਡ ਦੇ ਪਾਣੀ ਦਾ ਜਿਹੜਾ ਸੀ ਸਾਂਝਾ ਸੋਮਾ ਰਿਹਾ ਹੈ ਆਜ਼ਾਦੀ ਤੋਂ ਮਗਰੋਂ ਕਾਫੀ ਦੇਰ ਤੱਕ ਲੋਕ ਜਿਹੜੇ ਨੇ ਮੁਰੱਬੇਬੰਦੀ ਯਾਨੀ ਕਿ ਪਿੰਡਾਂ ਦਾ ਜਦੋਂ ਨਾਮੀਕਰਨ ਹੋਇਆ ਹੈਗਾ ਪਿੰਡਾਂ ਦੀ ਪਲੈਨਿੰਗ ਹੋਈ ਹੈ ਵੀ ਉਹ ਤਵੰਨੀ ਹੋਈ ਹੈ। ਅਦੋਂ ਤੱਕ ਜਿਹੜੇ ਲੋਕ ਪਿੰਡ ਦੀ ਬਾਹਰਲੀ ਫਿਰਨੀ ਦੇ ਅੰਦਰ ਜਿਹੜਾ ਖੂਹ ਲਗਾਉਂਦਾ ਸੀ ਉਹ ਪਾਣੀ ਦਾ ਸੋਰਸ ਹੁੰਦਾ ਸੀ। ਫਿਰ ਬਾਅਦ ਦੇ ਵਿੱਚ ਲੋਕਾਂ ਨੇ ਕੀ ਲਗਾ ਲਏ ਆਪਣੇ ਘਰਾਂ 'ਚ ਖੂਹ ਲਗਾ ਲਏ ਫਿਰ ਉਸ ਤੋਂ ਬਾਅਦ ਟਿਊਬਵੈਲ ਆ ਗਏ ਤਾਂ ਹੁਣ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਅੰਦਰ-ਅੰਦਰ ਰਹਿੰਦੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਖਤਮ ਹੋ ਗਈਆਂ ਮੋੜਬੰਦੀ ਅਤੇ ਮੋੜਬੰਦੀ ਖਤਮ ਹੋ ਗਈ ਮੁਰੱਬੇਬੰਦੀ ਦੇ ਔਨ ਕਰਕੇ। ਇਹ ਤਰ੍ਹਾਂ ਜਿਹੜਾ ਹੈ ਨਿਬੰਧਕਾਰ ਪਿੰਡ ਦੀ ਸਾਂਝ ਤੇ ਅਗਲੇ ਪ੍ਰਤੀਕ ਪਿੰਡ ਦੇ ਮੁੱਖ ਦਰਵਾਜ਼ੇ ਦਾ ਜ਼ਿਕਰ ਕਰਦਾ ਹੈ ਕਿ ਜਦੋਂ ਆਪਾਂ ਪਿੰਡੇ ਚ ਐਂਟਰ ਹੁੰਦੇ ਸੀ ਇੱਕ ਵੱਡਾ ਸਾਰਾ ਕੀ ਹੁੰਦਾ ਸੀਗਾ ਦਰਵਾਜਾ ਹੁੰਦਾ ਸੀ ਅਤੇ ਇਹ ਇੱਕ ਤਰ੍ਹਾਂ ਸਾਥ ਹੁੰਦੀ ਸੀ ਇਕੱਠ ਹੁੰਦਾ ਸੀ ਜਿੱਥੇ ਅਦਾਲਤ ਲੱਗਦੀ ਸੀ ਜਿੱਥੇ ਪਿੰਡ ਦੇ ਵੱਡੇ ਵੱਡੇ ਝਗੜੇ ਨਿਬੇੜੇ ਜਾਂਦੇ ਸੀ ਅਤੇ ਪੰਜਾਬ ਵਿੱਚ ਅੱਜ ਵੀ ਜਿਹੜਾ ਹੈ ਪਿੰਡ ਦੇ ਮੁੱਖ ਦਰਵਾਜ਼ੇ ਨੂੰ ਧਰਮਰਾਜ ਦਾ সিংਹਾਸਨ ਵੀ ਮੰਨਿਆ ਜਾਂਦਾ ਬਹੁਤ ਸਾਰੇ ਜਿਹੜੇ ਨੇ ਪਿੰਡਾਂ ਦੇ ਵਿੱਚ ਬਹੁਤ ਵੱਡੇ ਗੇਟ ਵਾਲਾ ਇੱਕ ਜਿਹੜਾ ਹੈਗਾ ਐਂਟ੍ਰੇਸ ਦਰਵਾਜਾ ਬਣਿਆ ਹੋਇਆ ਜਿੱਥੇ ਜਿਹੜਾ ਹੈ ਉਸ ਦੇ ਨੇੜੇ ਹੀ ਜਿਹੜਾ ਸੀਗਾ ਇੱਕ ਵੱਡਾ ਸਾਰਾ ਪੀਪਲ ਦਾ ਪੇੜ ਹੁੰਦਾ ਸੀ ਅਤੇ ਉੱਥੇ ਉੱਚਾ ਜਿਹਾ ਥੜਾ ਬਣਾ ਕੇ ਜਿਹੜਾ ਹੈ ਪੰਚਾਇਤ ਇਕੱਠੀ ਹੁੰਦੀ ਸੀ ਅਤੇ ਇਹ সিংਹਾਸਨ ਮੰਨਿਆ ਜਾਂਦਾ ਸੀ ਜਿੱਥੇ ਕੋਈ ਵੀ ਝੂਠੀ ਸੋਹ ਨਹੀਂ ਸੀ ਖਾਂਦਾ ਜਿੱਥੇ ਲੋਕ ਸਿਰ ਨਿਵਾ ਕੇ ਲੰਘਦੇ ਸੀ ਅਤੇ ਪੀਰਾ ਵਾਂਗ ਉਸ ਦੀ ਮਾਨਤਾ ਕਰਕੇ ਜੋਤ ਵੀ ਜਗਾਉਂਦੇ ਸੀ ਪਿੰਡ ਦੇ ਵਿੱਚ ਜੇ ਕੋਈ ਪ੍ਰੋਣਾ ਆ ਜਾਂਦਾ ਸੀਗਾ ਤਾਂ ਉਹ ਮੁਖਦਰਵਾਜੇ ਉਤੇ ਪਹੁੰਚ ਕੇ ਘੋੜੀਆਂ ਉਤਰ ਕੇ ਅੱਗੇ ਪੈਦਲ ਜਾਂਦਾ ਹੁੰਦਾ ਸੀਗਾ ਠੀਕ ਹੈ ਅੰਤਮ ਸੰਸਕਾਰ ਵੇਲੇ ਵੀ ਜਿਹੜਾ ਹੈ ਅੱਜ ਵੀ ਮ੍ਰਿਤਕ ਦੇ ਨੂੰ ਮੁਖਦਰਵਾਜੇ ਦੇ ਅੱਗੇੋਂ ਲਿਜਾਇਆ ਜਾਂਦਾ ਹੈ ਜਦੋਂ ਮੁੰਡੇ ਦੀ ਬਰਾਤ ਚੜ੍ਹਦੀ ਹੈ ਤਦ ਵੀ ਜਿਹੜੀ ਹੈ ਇੱਥੇ ਆ ਕੇ ਸੁੱਖ ਮੰਗੀ ਜਾਂਦੀ ਹੈ ਮੁਖ ਦੁਆਰ ਤੇ ਤਾਂ ਬਹੁਤ ਸਾਰੇ ਪਿੰਡਾਂ ਵਿੱਚ ਹਜੇ ਵੀ ਜਿਹੜਾ ਹੈ ਮੁਖ ਦੁਆਰ ਮੁਖਦਰਵਾਜਾ ਵੱਡਾ ਸਾਰਾ ਹੈਗਾ ਇਸ ਇਸ ਮੁਖਦਰਵਾਜੇ ਤੋਂ ਬਾਹਰ ਪੀਪਲ ਬੋਰਡ ਅਤੇ ਨਿੰਮ ਦੀ ਤਰਵੈਣੀ ਲਿਖੀ ਹੋਈ ਹੁੰਦੀ ਸੀ ਇਸੇ ਇਸਦੇ ਇੱਕ ਪਾਸੇ ਹਨੂਮਾਨ ਜੀ ਦੀ ਵੀ ਮੂਰਤੀ ਸਥਾਪਿਤ ਹੁੰਦੀ ਸੀ ਦੂਜੇ ਪਾਸੇ ਮੰਦਰ ਹੁੰਦਾ ਸੀ ਮੇਨਲੀ ਤਾਂ ਠੀਕ ਹੈ ਤਾਂ ਨਿਬੰਧਕਾਰ ਦੱਸਦਾ ਹੈ ਕਿ ਮੁਖ ਦਰਵਾਜੇ ਤੋਂ ਅੱਗੇ ਜਿਹੜਾ ਸੀ ਪਿੰਡ ਦੀ ਅੰਦਰਲੀ ਵਿਉਂਥ ਬੰਦੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ ਅੰਦਰਲੀ ਜਿਹੜੀ ਵਸੋਂ ਸੀ ਉਸ ਦੀ ਰਿਹਾਈਸ਼ ਵੰਡ ਅਤੇ ਉਸ ਤੱਕ ਪਹੁੰਚਣ ਦੀਆਂ ਗਲੀਆਂ ਦੀ ਬਣਤਰ ਸਿਰਫ ਵਿਵਹਾਰਕ ਨਾ ਸਿਰਫ ਸਗੋਂ ਹੋਰ ਪੱਖਾਂ ਦੀ ਵੀ ਉਪਯੋਗਿਤਾ ਤੇ ਦਿਲਚਸਪੀ ਭਰੀ ਹੁੰਦੀ ਸੀ ਜਿਹੜੀਆਂ ਵੀ ਅੱਗੇ ਗਲੀਆਂ ਜਾਂਦੀਆਂ ਸੀ ਬੜੀਆਂ ਦਿਲਚਸਪ ਹੁੰਦੀਆਂ ਸੀਗੀਆਂ ਠੀਕ ਹੈ ਦਰਵਾਜੇ ਦੇ ਅੰਦਰ ਬੈਠਣ ਲਈ ਖੁੱਲੀ ਥਾਂ ਅਰਥਾਤ ਸਾਥ ਹੁੰਦੀ ਸੀ ਜਿਹੜਾ ਮੈਂ ਹੁਣੇ ਦੱਸ ਕਿਹਾटिया ਕਿ ਜਦੋਂ ਦਰਵਾਜਾ ਲੰਘਦੇ ਸੀ ਵੱਡਾ ਸਾਰਾ ਇੰਟਰਸ ਤਾਂ ਉੱਥੇ ਜਿਹੜਾ ਸੀ ਪੀਪਲ ਨਿਮ ਬੋੜ ਵੱਡਾ ਸਾਰਾ ਪੇੜ ਲੱਗਿਆ ਹੁੰਦਾ ਸੀ ਉੱਚਾ ਉਹਨੂੰ ਕੀਤਾ ਜਾਂਦਾ ਸੀਗਾ ਸਿਮਿੰਟ ਦਾ ਬਣਾਇਆ ਜਾਂਦਾ ਸੀ ਉੱਚਾ ਪੱਕਾ ਜਿੱਥੇ ਕੀ ਜਿਹੜੀ ਸੀਗੀ ਲੋਕਾਂ ਦੇ ਬੈਠਣ ਦੀ ਥਾਂ ਹੁੰਦੀ ਸੀ ਤੇ ਉੱਪਰ ਵਾਲੇ ਥੜੇ ਦੇ ਉੱਤੇ ਜਿਹੜਾ ਸੀਗਾ ਉਹ ਪੰਚਾਇਤ ਬੈਠਦੀ ਹੁੰਦੀ ਸੀ ਠੀਕ ਹੈ ਸਾਥ ਹੁੰਦੀ ਸੀ ਗੱਠ ਹੁੰਦਾ ਸੀ ਜਿਹਦੇ ਅੱਗੇ ਤਿੰਨ ਜਿਹੜੀਆਂ ਸੀਗੀਆਂ ਤਿੰਨ ਗਲੀਆਂ ਵੀ ਪਾੜਦੀਆਂ ਸਨ ਤੇ ਉਹਨਾਂ ਦੀ ਦਿਸ਼ਾ ਨਿਰਧਾਰਤ ਕਰਨ ਲਈ ਦੁਪਹਿਰ ਤੋਂ ਇਹ ਪਹਿਲੇ ਅਤੇ ਮਗਰਲੇ ਪਰਛਾਵਿਆਂ ਨੂੰ ਆਧਾਰ ਬਣਾਇਆ ਜਾਂਦਾ ਸੀ ਠੀਕੇ ਪਹਿਲਾਂ ਕਿਹੜਾ ਟਾਈਮ ਪੀਸ ਹੁੰਦੇ ਸੀ ਤਾਂ ਪਰਛਾਵੇ ਦੇਖ-ਦੇਖ ਕੇ ਗਲੀਆਂ ਦਾ ਆਧਾਰ ਬਣਾਇਆ ਜਾਂਦਾ ਸੀ ਤਾਂ ਜੋ ਧੁੱਪ ਅਤੇ ਹਵਾ ਲੋੜ ਅਨੁਸਾਰ ਮਿਲ ਜਵੇ ਆਮ ਤੌਰ ਤੇ ਚੋੜੀ ਗਲੀ ਉੱਤਰ ਤੋਂ ਦੱਖਣ ਵੱਲ ਹੁੰਦੀ ਜੇ ਕਿਸੇ ਪਿੰਡ ਦੇ ਵਿੱਚ ਕਿਸੇ ਕਿਲੇ ਦੀ ਵੱਖੀ ਵਿੱਚ ਵਸਿਆ ਹੁੰਦਾ ਸੀਗਾ ਤਾਂ ਉੱਤਰ ਤੋਂ ਦੱਖਣ ਵੱਲ ਗਲੀ ਜਿਹੜੀ ਸੀ ਤੰਗ ਅਤੇ ਬਲਦਾਰ ਹੁੰਦੀ ਸੀ ਸੋ ਅਜਿਹਾ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਜਿਹੜੀਆਂ ਸੀ ਗਲੀਆਂ ਬਣਾਈਆਂ ਜਾਂਦੀਆਂ ਸੀ ਦੱਖਣ ਤੋਂ ਉੱਤਰ ਵੱਲ ਜਿਹੜੀ ਜਾਂਦੀ ਗਲੀ ਸੀ ਉਹ ਹਮੇਸ਼ਾ ਜਿਹੜੀ ਸੀਗੀ ਛੋਟੀ ਹੁੰਦੀ ਸੀ ਆਮ ਪਿੰਡ ਵਿੱਚ ਇਹ ਗਲੀ ਦਰਵਾਜੇ ਦੇ ਐਨ ਦੇ ਨਾਲ ਕਰਕੇ ਮੁੜਦੀ ਅਤੇ ਜੇ ਕਿਸੇ ਪਿੰਡ ਕਿਸੇ ਜ਼ੈਲਦਾਰ ਦਾ ਵਸਾਇਆ ਹੁੰਦਾ ਤਾਂ ਮੁੱਖ ਗਲੀ ਦੇ ਸ਼ੁਰੂ ਵਿੱਚ ਜ਼ਿਮੀਦਾਰਾਂ ਦੇ ਘਰੇ ਹੁੰਦੇ ਗਲੀ ਦੀ ਚੌੜਾਈ ਗੱਡਾ ਲੰਗਣ ਜੋਗੀ ਹੀ ਹੁੰਦੀ ਇਸ ਤਰ੍ਹਾਂ ਖੁੱਲੀਆਂ ਜਾਂ ਤੰਗ ਗਲੀਆਂ ਜਾਂ ਉੱਚੇ ਨੀਵੇਂ ਦਰਵਾਜ਼ੇ ਲੋੜ ਨੂੰ ਮੁੱਖ ਰੱਖ ਕੇ ਹੀ ਬਣਾਏ ਜਾਂਦੇ ਸੀ ਮਤਲਬ ਅਗਰ ਦਰਵਾਜ਼ਾ ਰੱਖਣਾ ਹੁੰਦਾ ਸੀ ਤਦ ਵੀ ਜਿਹੜਾ ਹੈ ਗਲੀਆਂ ਨੂੰ ਮੁੱਖ ਰੱਖ ਕੇ ਜਿਹੜਾ ਸੀ ਬਣਾਇਆ ਜਾਂਦਾ ਸੀ ਪਿੰਡ ਵਿੱਚ ਟੋਬਿਆਂ ਤੇ ਖੂਹਾਂ ਤੋਂ ਘਰਾਂ ਤੱਕ ਪਾਣੀ ਢੋਣ ਵਾਲੇ ਮਹਿਰਿਆਂ ਦੇ ਘਰ ਜਿਹੜੇ ਹੁੰਦੇ ਸੀ ਉਹ ਉੱਤਰ ਦੱਖਣ ਜਾਂ ਬਲਦਾਰ ਹੋ ਕੇ ਪੂਰਬ ਪੱਛਮ ਦਿਸ਼ਾ 'ਚ ਹੁੰਦੇ ਸੀ ਜਿਹੜੇ ਪਾਣੀ ਢੋਂਦੇ ਸੀਗੇ ਲੋਕ ਠੀਕ ਹੈ ਇਸ ਤੋਂ ਪਿਛੋ ਇੱਕ ਕੰਦ ਨੂੰ ਮਹਾਦ ਮਗਰੋਂ ਪਛੜੀਆਂ ਜਾਤੀਆਂ ਦੇ ਛੋਟੇ-ਛੋਟੇ ਘਰ ਹੁੰਦੇ ਸੀ ਠੀਕ ਹੈ ਇੱਕ ਕੰਧ ਨੂੰ ਮਾਹੱਦ ਦੇ ਵਿੱਚ ਠੀਕ ਹੈ ਇਹਨਾਂ ਦੇ ਆਊਟਸਕਰਟਸ ਏਰੀਆ ਦੇ ਵਿੱਚ ਘਰ ਹੁੰਦੇ ਸੀ ਜਿਹੜੇ ਕਿ ਲੋਕ ਪਛੜੀਆਂ ਜਾਤੀਆਂ ਦੇ ਹੁੰਦੇ ਸੀ ਪੰਜਾਬ ਦੇ ਪਿੰਡਾਂ ਆਮ ਕਰਕੇ ਜਿਹੜੇ ਸੀ ਜੱਟਾਂ ਨੇ ਵਸਾਏ ਹੋਣ ਕਰਕੇ ਉਹਨਾਂ ਦਾ ਜਿਹੜਾ ਸੀ ਆਪਣੀ ਲੋੜ ਅਨੁਸਾਰ ਜਿਹੜਾ ਸੀ ਕਿੱਤਾਕਾਰੀ ਜਾਤਾਂ ਦੇ ਲੋਕਾਂ ਨੂੰ ਪਿੰਡ ਵਿੱਚ ਲਿਆ ਕੇ ਉਹ ਬਸਾਉਂਦੇ ਸੀ ਆਪਣੇ ਪਿੰਡ ਠੀਕ ਹੈ ਤਾਂ ਕਿਉਂਕਿ ਜੱਟ ਜੱਟ ਵਸਾਉਂਦੇ ਸੀ ਤਾਂ ਉਹਨਾਂ ਨੂੰ ਜਿਹੜੇ-ਜਿਹੜੇ ਆਪਣੇ ਕਿੱਤੇ ਦੀ ਲੋੜ ਹੁੰਦੀ ਸੀਗੀ ਵੀ ਹਾਂ ਸਾਨੂੰ ਘੜੇ ਬਣਾਉਣ ਨਾਲ ਚਾਹੀਦਾ ਤਾਂ ਉਹ ਜਿਹੜਾ ਹੈ ਕੜੇ ਬਣਾਉਣਾਂ ਲਈ ਨੂੰ ਆਪਣੇ ਪਿੰਡ ਦੇ ਵਿੱਚ ਜਿਹੜਾ ਸੀਗਾ ਉਹ ਲੈ ਆਉਂਦੇ ਸੀਗੇ ਠੀਕ ਹੈ ਹਰ ਜਾਤ ਦੇ ਘਰਾਂ ਦੀ ਜ਼ਿੰਮੇਵਾਰੀ ਸਾਂਝ ਜੱਟ ਪਰਿਵਾਰਾਂ ਦੇ ਨਾਲ ਹੀ ਲੱਗੀਆਂ ਦੇ ਰੂਪ ਵਿੱਚ ਵੀ ਨਿਸ਼ਚਿਤ ਕਰ ਦਿੱਤੀ ਜਾਂਦੀ ਸੀ ਵੀ ਇਹ ਇਹ ਇਹਨਾਂ ਪਰਿਵਾਰਾਂ ਦੀ ਜਿਹੜੇ ਹੈਗਾ ਲੱਗੀ ਇਹ ਹੈ ਇਹਨਾਂ ਪਰਿਵਾਰਾਂ ਤਾਂ ਲੱਗੀ ਇਹ ਹੈ ਪੰਜਾਬ ਦੇ ਹਰ ਪਿੰਡ ਦੇ ਦੱਖਣ ਵੱਲ ਪਿਛੜੀਆਂ ਜਾਤਾਂ ਦੇ ਲੋਕ ਜਿਹੜੇ ਸੀ ਵਸਦੇ ਹੁੰਦੇ ਸੀ ਠੀਕ ਹੈ ਤਾਂ ਤੁਸੀਂ ਦੇਖੋਗੇ ਜਿੰਨੇ ਵੀ ਪਛੜੀਆਂ ਜਾਤੀਆਂ ਵਾਲੇ ਲੋਕਾਂ ਦੇ ਘਰ ਨੇ ਉਹ ਸਾਰੇ ਦੱਖਣ ਵੱਲ ਹੁੰਦੇ ਨੇ ਦੱਖਣ ਵੱਲ ਪਿੰਡ ਦਾ ਸ਼ਮਸ਼ਾਨ ਘਾਟੀ ਹੁੰਦਾ ਸੀ ਤੇ ਇੱਧਰ ਨੂੰ ਹੀ ਨਾਲੀਆਂ ਦੇ ਪਾਣੀ ਦਾ ਨਿਕਾ ਹੁੰਦਾ ਸੀ ਜਿੱਧਰ ਪਛੜੀਆਂ ਜਾਂਦਾ ਰਹਿੰਦੀਆਂ ਸੀ ਠੀਕ ਹੈ ਪਰ ਲੋਹਾਰ ਦਾ ਕਾਰਖਾਨਾ ਜਰਾ ਪਿੰਡੋਂ ਹਟਮਾ ਹੁੰਦਾ ਸੀ ਮਤਲਬ ਸਾਈਡ ਤੇ ਹੁੰਦਾ ਸੀ ਨਾਈਆਂ ਦੇ ਘਰ ਪਿੰਡਾਂ ਦੀਆਂ ਦੋਹਾਂ ਗਲੀਆਂ ਨੂੰ ਮੁਖ ਰੱਖ ਕੇ ਜਿਹੜਾ ਸੀ ਹੁੰਦੇ ਸੀ ਪਿੰਡ ਦੇ ਵਿੱਚ ਕਾਰ ਕਿਉਂਕਿ ਇਹਨਾਂ ਨੂੰ ਜਿਹੜਾ ਸੀਗਾ ਸਾਰੇ ਸਾਬ ਦੇ ਘਰੇ ਜਾਣਾ ਪੈਂਦਾ ਸੀਗਾ ਉਹਨਾਂ ਦੀ హెয়ার ਕਟਿੰਗ ਲਈ ਸ਼ੇਵਿੰਗ ਲਈ ਸਭ ਤੋਂ ਸੁਰੱਖਿਅਤਕਰ ਹੁੰਦੇ ਸੀ ਸੁਨਿਆਰੇ ਦੇ ਅਤੇ ਸ਼ਾਹੂਕਾਰਾਂ ਦੇ ਕਿਉਂਕਿ ਇਹਨਾਂ ਕੋਲੇ ਕੀ ਹੁੰਦਾ ਸੀ ਪੈਸਾ ਹੁੰਦਾ ਸੀ ਸੋ ਇਸ ਕਰਕੇ ਇਹਨਾਂ ਨੂੰ ਮੋੜਾਂ ਵਾਲੀ ਗਲੀ ਦੇ ਵਿਚਕਾਰ ਢੀੜੀ ਗਲੀ ਦੇ ਵਿੱਚ ਇਹਨਾਂ ਦਾ ਘਰ ਹੁੰਦਾ ਆਉਂਦਾ ਸੀ ਪਿੰਡਾਂ ਦੇ ਵਿੱਚ ਸਮੂਚੀ ਬੰਤਰ ਕਿਲੇ ਦੇ ਵਾਂਗੂ ਹੁੰਦੀ ਸੀਗੀ ਅਤੇ ਸਾਰੇ ਘਰ ਜਿਹੜੇ ਸੀਗੇ ਦਰਵਾਜ਼ੇ ਅੰਦਰ ਗਲੀ ਦੇ ਵੱਲ ਖੁੱਲਦੇ ਹੁੰਦੇ ਸੀ ਮਤਲਬ ਅਗਰ ਇਹ ਪਿੰਡ ਤਾਂ ਇੱਥੇ ਦੱਖਣ ਵਾਲੀ ਸਾਈਡ ਜਿਹੜੇ ਸੀਗੇ ਸ਼ਡਿਊਲਸ ਆ ਠੀਕ ਹੈ ਪਛੜੀਆਂ ਜਾਂਦੀਆਂ ਦੇ ਘਰ ਹੁੰਦੇ ਸੀ ਇੱਥੇ ਵਿਚਕਾਰ ਦੇ ਸ਼ਾਹੂਕਾਰ ਸੁਨਿਆਰਾਂ ਦੇ ਘਰ ਹੁੰਦੇ ਸੀ ਜੇ ਤਾਂ ਐਂਟਰਸ ਹੁੰਦੀ ਸੀ ਤਾਂ ਇੱਥੇ ਜਿਹੜਾ ਸੀਗਾ ਬਹੁਤ ਹੀ ਵੱਡਾ ਦਰਖਤ ਹੁੰਦਾ ਸੀ ਅਤੇ ਇਧਰੋਂ ਦੀ ਜਿਹੜੀਆਂ ਸੀਗੀਆਂ ਗਲੀਆਂ ਜਾਂਦੀਆਂ ਸੀ ਪਿੰਡ ਦੇ ਅੰਦਰ ਠੀਕ ਹੈ ਸੋ ਐਦਾਂ ਦਾ ਏਰੀਆ ਜਿਹੜਾ ਸੀਗਾ ਇਹ ਬਣਾਉਂਦੇ ਹੁੰਦੇ ਸੀ ਅਤੇ ਪਿੰਡ ਦੀ ਸਮੁੱਚੀ ਜਿਹੜੀ ਬਣਤਰ ਹੁੰਦੀ ਸੀਗੀ ਉਹ ਕਿਲੇ ਦੇ ਵਾਂਗੂ ਹੁੰਦੀ ਸੀ ਅਤੇ ਸਾਰੇ ਘਰਾਂ ਦੇ ਦਰਵਾਜ਼ੇ ਗਲੀ ਦੇ ਵੱਲ ਖੁੱਲਦੇ ਹੁੰਦੇ ਸੀ ਸਾਰਾ ਪਿੰਡ ਕੋਠਿਆਂ ਨਾਲ ਹੀ ਜੁੜਿਆ ਹੁੰਦਾ ਸੀ ਅਗਰ ਆ ਗੱਲ ਕਰੋ ਤਾਂ ਸਬਦੇ ਜੋ ਜਿਹੜੇ ਸੀਗੇ ਘਰ ਜੁੜੇ ਹੋਏ ਹੁੰਦੇ ਸੀ ਗਲੀਆਂ ਤੋਂ ਕੋਠੇ ਤੋਂ ਕੋਠੇ ਚਾਲ ਮਾਰ ਕੇ ਉਹ ਟੱਪ ਸਕਦੇ ਸੀ ਗਰਮੀਆਂ ਵਿੱਚ ਆਪਣੇ ਆਪਣੇ ਕੋਠੇ ਤੇ ਪਿਆ ਸਾਰਾ ਪਿੰਡਿਕ ਪਰਿਵਾਰ ਦੇ ਵਾਂਗੂ ਲੱਗਦਾ ਸੀ ਤੇ ਹਰ ਕੋਈ ਕਿਸੇ ਨਾਲ ਹਰ ਕਿਸੇ ਨਾਲ ਗੱਲ ਕਰਦਾ ਸੀ ਇੱਕ ਕੋਠੇ ਤੋਂ ਪਈ ਜਾ ਰਹੀ ਬਾਤ ਜਿਹੜੀ ਸੀਗੀ ਉਹ ਟਿੱਕੀ ਰਾਤ ਵਿੱਚ ਸਾਰੇ ਪਿੰਡ ਵਿੱਚ ਸੁਣੀ ਜਾ ਸਕਦੀ ਸੀ ਪਹਿਲਾਂ ਪਿੰਡ ਐਡੇ ਵੱਡੇ ਨਹੀਂ ਸੀ ਹੁੰਦੇ ਹੌਲੀ ਹੌਲੀ ਜਦੋਂ ਪਿੰਡ ਵੱਡੇ ਹੁੰਦੇ ਗਏ ਤਾਂ ਉਹਦੇ ਵਿੱਚੋਂ ਇੱਕ ਪਿੰਡ ਤੋਂ ਦੂਜਾ ਪਿੰਡ ਵੀ ਨਿਕਲਦਾ ਗਿਆ ਅਤੇ ਕਈ ਪਿੰਡ ਜਿਹੜੇ ਸੀਗੇ ਉਹ ਕਿਸੇ ਜੱਟ ਦੇ ਨਾਮ ਦੇ ਉੱਤੇ ਜ਼ਮੀਨ ਦੇ ਨਾਮ ਦੇ ਉੱਤੇ ਜਾਂ ਜਿਸ ਦੇ ਕੋਲ ਬਹੁਤ ਜ਼ਿਆਦਾ ਜ਼ਮੀਨ ਹੁੰਦੀ ਸੀ ਉਹਨਾਂ ਦੇ ਨਾਮ ਦੇ ਉੱਤੇ ਹੁੰਦੇ ਸੀਗੇ ਅਤੇ ਜਿਵੇਂ ਹੁਣ ਮੈਂ ਹੁਣੇ ਦੱਸ ਕੇ ਹੱਡੀਆਂ ਕਿ ਪਟੇੜੀ ਕਲਾ ਇਹ ਵੱਡਾ ਪਿੰਡ ਹੁੰਦਾ ਸੀ ਖੁਰਦ ਜਿਹੜਾ ਸੀ ਪਟੇੜੀ ਖੁਰਦ ਇਹ ਛੋਟਾ ਪਿੰਡ ਹੁੰਦਾ ਸੀਗਾ ਠੀਕ ਹੈ ਤਾਂ ਖੁਰਦ ਦੇ ਛੋਟੇ ਲਈ ਅਤੇ ਕਲਾ ਵੱਡੇ ਪਿੰਡ ਲਈ ਯੂਜ਼ ਕੀਤਾ ਜਾਂਦਾ ਸੀ ਨਾਮ ਸੇਮ ਹੁੰਦੇ ਸੀਗੇ ਇੱਕ ਪਿੰਡ ਦਾ ਜਿਹੜਾ ਮੁੱਖ ਦਰਵਾਜ਼ਾ ਹੁੰਦਾ ਸੀ ਉਹ ਬੰਦ ਹੁੰਦਾ ਸੀਗਾ ਠੀਕੇ ਤੇ ਇਹ ਜਿਹੜਾ ਸੀਗਾ ਬੰਦ ਕਰ ਦਿੰਦੇ ਹੁੰਦੇ ਸੀ ਸ਼ਾਮ ਨੂੰ ਤਾਂ ਕਿ ਕੋਈ ਵੀ ਜਿਹੜਾ ਹੈ ਬਾਹਰਲਾ ਬੰਦਾ ਪਿੰਡ ਦੇ ਅੰਦਰ ਦਾਖਲ ਨਾ ਹੋ ਸਕੇ ਪੰਜਾਬ ਦੇ ਪਿੰਡ ਜਿਹੜੇ ਸੀ ਜਿਨ੍ਹਾਂ ਵਿੱਚ ਪੱਤੀਆਂ ਜਾਂ ਪਾਸੇ ਹੁੰਦੇ ਸੀ ਰਾਠੀ ਪਾਸਾ ਗੋਲਾ ਪਾਸਾ ਠੀਕੇ ਮਸੰਦ ਪਾਸਾ ਸੋ ਐਦਾਂ ਪਾਸੇ ਹੁੰਦੇ ਸੀ ਪੱਤੀਆਂ ਹੁੰਦੀਆਂ ਸੀ ਪੱਤੀਆਂ ਵੀ ਕਹਿੰਦੇ ਹੁੰਦੇ ਸੀ ਉਹਨਾਂ ਦੀ ਹਰ ਪੱਤੀ ਪਾਸੇ ਦੀ ਵਿਉਂਤਬੰਦੀ ਤੇ ਮੰਤਰ ਇੱਕ ਪਿੰਡ ਵਾਂਗ ਹੀ ਹੁੰਦੀ ਸੀ ਅਤੇ ਬਹੁਤ ਸਾਰੇ ਮੋੜ ਕੱਟਦੀਆਂ ਦੋ ਲੰਬੀਆਂ ਗਲੀਆਂ ਜਿਹੜੀਆਂ ਸੀ ਸਾਰੇ ਪਿੰਡ ਨੂੰ ਜੋੜਦੀਆਂ ਹੁੰਦੀਆਂ ਸੀ ਠੀਕ ਹੈ ਜਿਹੜੀਆਂ ਗਲੀਆਂ ਹੁੰਦੀਆਂ ਸੀ ਉਹ ਸਾਰੇ ਪਿੰਡ ਨੂੰ ਜੋੜਦੀਆਂ ਹੁੰਦੀਆਂ ਸੀ ਅਤੇ ਦੇਸ਼ ਦੀ ਆਜ਼ਾਦੀ ਤੱਕ ਸਾਰੇ ਪਿੰਡਾਂ ਦੀ ਸਥਿਤੀ ਜਿਹੜੀ ਸੀ ਥੋੜੀ ਬਹੁਤੀ ਫਰਕ ਦੇ ਨਾਲ ਇੱਕੋ ਜਿਹੀ ਰਹੀ ਹੈ ਆਜ਼ਾਦੀ ਤੋਂ ਬਾਅਦ ਜਿਹੜੇ ਸੀ ਨਵੇਂ ਪ੍ਰਬੰਧ ਹੋਏ ਨੇ ਨਵੀਂ ਜਿਹੜੀ ਸੀ ਮੋੜਬੰਦੀ ਹੋਣੀ ਸਟਾਰਟ ਹੋ ਗਈ ਅਤੇ ਬਾਹਰੀ ਹਮਲਾਵਰਾਂ ਦਾ ਖਤਰਾ ਘਟ ਜਾਣ ਦੇ ਨਾਲ ਪਿੰਡ ਜਿਹੜੇ ਸੀ ਪੱਕੇ ਹੋਣ ਲੱਗੇ ਦੇਸ਼ ਦੀ ਵੰਡ ਤੋਂ ਬਾਅਦ ਜਿਹੜੇ ਸੀਗੇ ਬਾਹਰੋਂ ਜਿਹੜੇ ਉਜੜ ਕੇ ਲੋਕ ਆਏ ਸੀ ਉਹਨਾਂ ਨੇ ਲੋਕਾਂ ਦਾ ਖੇਤੀ ਦਾ ਵਪਾਰੀਕਰਨ ਜਿਹੜਾ ਸੀ ਸ਼ੁਰੂ ਕਰ ਦਿੱਤਾ ਅਤੇ 50ਵੇਂ ਅਤੇ 60ਵੇਂ ਦਹਾਕੇ ਦੇ ਵਿੱਚ ਇਹ ਸਭ ਕੁਝ ਸਟਾਰਟ ਹੋਇਆ ਮਰਬੇਬੰਦੀ ਨੇ ਪਿੰਡਾਂ ਦੀ ਖਿੜੀ ਜ਼ਮੀਨ ਦਾ ਮਾਲਕੀ ਜਿਹੜਾ ਸੀ ਇੱਕ ਥਾਂ ਤੇ ਇਕੱਠਾ ਕਰਤਾ ਮਰਬੇਬੰਦੀ ਯਾਨੀ ਕਿ ਨਾਮੀਕਰਨ ਇਹਦਾ ਹੋਣਾ ਸਟਾਰਟ ਹੋ ਗਿਆ ਅਤੇ ਹਰੇ ਇਨਕਲਾਬ ਠੀਕ ਹੈ ਹਰੀ ਕ੍ਰਾਂਤੀ ਜਿਹੜੀ ਆਈ ਹੈ ਉਸ ਦੇ ਵਿੱਚ ਬੀਜੇ ਗਏ ਕੰਹਾ ਤੇ ਟੂਬਵਲਾਂ ਦਾ ਪਾਣੀ ਮਿਲਣ ਕਰਕੇ ਜਿਹੜੇ ਸੀ ਜੱਟਾਂ ਦੇ ਘਰ ਖਾਨ ਜੋਗੇ ਦਾਣੇ ਆਣੇ ਸਟਾਰਟ ਹੋ ਗਏ ਪਹਿਲਾਂ ਲੋਕ ਇੰਨੇ ਜ਼ਿਆਦਾ ਮੀਤ ਨਹੀਂ ਸੀ ਹੁੰਦੇ ਲੇਕਿਨ ਜਦੋਂ ਦੀ ਹਰੀ ਕ੍ਰਾਂਤੀ ਆਈ ਹੈ ਤੇ ਵੱਡੇ ਵੱਡੇ ਜ਼ਿਮੀਂਦਾਰਾਂ ਨੂੰ ਬਹੁਤ ਜ਼ਿਆਦਾ ਲਾਭ ਹੋਇਆ ਹੈ ਅਤੇ ਇਸ ਦੇ ਨਾਲ ਜਿਹੜਾ ਹੈਗਾ ਹੋਰ ਸੰਭਾਵਨਾਵਾਂ ਵੀ ਕਿਤਿਆਂ ਦੀਆਂ ਆ ਗਈਆਂ ਠੀਕ ਹੈ ਹੁਣ ਫੋਰ ਐਗਜ਼ਾਮਪਲ ਅਗਰ ਖੇਤੀਬਾੜੀ ਆਈ ਹੈ ਇਹਦੇ ਨਾਲ ਡੇਲੀ ਫਾਰਮਿੰਗ ਆ ਗਿਆ ਮੱਛੀ ਪਾਲਣ ਆ ਗਿਆ ਬਾਗਬਾਨੀ ਖੇਤੀ ਆ ਗਈ ਹਨਾ ਫਲਾਂ ਦੀ ਖੇਤੀ ਆ ਗਈ ਫੁੱਲਾਂ ਦੀ ਖੇਤੀ ਆ ਗਈ ਤਾਂ ਪਿੰਡ ਜਿਹੜੇ ਨੇ ਇਸ ਦੀ ਸੁਰੱਖਿਆ ਘੇਰਾ ਜਿਹੜਾ ਹੈ ਜਾਂ ਪਿੰਡਾਂ ਨੇ ਸੁਰੱਖਿਆ ਦੇ ਘੇਰੇ ਚ ਨਿਕਲਣਾ ਸਟਾਰਟ ਕਰਤਾ ਮੁਰਬੇ ਬੰਦੀ ਤੋਂ ਬਹੁਤ ਸਾਰੀਆਂ ਨਵੀਆਂ ਬਾੜਾਂ ਵੀ ਹੋਣ ਚ ਆ ਗਈਆਂ ਅਤੇ ਪਾਣੀ ਦੇ ਗੈਰ ਬਰਸਾਤੀ ਸੋਮਿਆਂ ਨੇ ਹਰੇ-ਜਾਰੇ ਵਿੱਚ ਮੌਸਮ ਦੀਆਂ ਸੰਭਾਵਨਾਵਾਂ ਵੀ ਬਤਾਤੀਆਂ ਦੁੱਧ ਵਿਕਣ ਦੇ ਨਾਲ ਕੀ ਹੋ ਗਿਆ ਔਰਤਾਂ ਦੀ ਸਰਦਾਰੀ ਵੱਧ ਗਈ ਖੇਤਾਂ ਦਾ ਮਸ਼ੀਨੀਕਰਨ ਹੋ ਗਿਆ ਖੇਤੀ ਦੇ ਸੰਦ ਵੱਡੇ-ਵੱਡੇ ਹੋ ਗਏ ਮਸ਼ੀਨਾਂ ਨਾਲ ਹੀ ਖੇਤੀ ਕਰੀ ਜਾਣ ਲੱਗੀ ਪਿੰਡ ਦੇ ਦਰਵਾਜ਼ਿਆਂ ਬਾਹਰ ਨਿਕਲ ਕੇ ਫਿਰਨੀ ਤੋਂ ਬਾਹਰ ਆ ਕੇ ਵਸਣਾ ਸਟਾਰਟ ਹੋ ਗਿਆ ਕਿਤੇ ਤਾਂ ਦੇਖੋ ਇੱਕ ਐਂਟ੍ਰੈਂਸ ਹੁੰਦੀ ਸੀ ਅੰਦਰ ਸਾਦਾ ਪਿੰਡ ਹੁੰਦਾ ਸੀ ਲੇਕਿਨ ਹੁਣ ਜਿਹੜਾ ਹੈ ਲੋਕਾਂ ਨੇ ਅੰਦਰਲੇ ਆਊਟਸਕੱਟਸ ਏਰੀਆ ਤੋਂ ਜਿਹੜਾ ਹੈ ਬਾਹਰ ਵੱਲ ਨੂੰ ਆ ਕੇ ਆਪਣੇ ਵੱਡੇ-ਵੱਡੀਆਂ ਕੋਠੀਆਂ ਪਾਣੀਆਂ ਬੰਗਲੇ ਬਣੇ ਸਟਾਰਟ ਕਰ ਦਿੱਤੇ ਨੇ निबंधकार ਦੱਸਦਾ ਹੈ ਕਿ ਅੱਜ ਦਾ ਪਿੰਡ ਸੱਭਿਆਚਾਰਕ ਇਕਾਈ ਕਲਚਰਲ ਇਕ ਯੂਨਿਟ ਨਹੀਂ ਰਿਹਾ ਹੈਗਾ ਇਹ ਜਿਹੜਾ ਹੈ ਵੱਡਾ ਜਿਹੜਾ ਹੈ ਗਲੋਬਲ ਪਿੰਡ ਬਣੇ ਸੰਸਾਰ ਨੇ ਪੰਜਾਬ ਦੇ ਪਿੰਡਾਂ ਨੂੰ ਵੀ ਆਪਣੇ ਆਪ ਵਿੱਚ ਸਮੋਲਿਆ ਤੇ ਵੱਡੀਆਂ-ਵੱਡੀਆਂ ਤਬਦੀਲੀਆਂ ਆਉਣ ਦੇ ਨਾਲ ਰਿਸ਼ਤੇ ਅਤੇ ਭਾਈਚਾਰਕ ਸਾਂਝਾਂ ਦੇ ਮਾਪਦੰਡ ਵੀ ਬਦਲ ਗਏ ਪਛੜੀਆਂ ਜਾਤੀਆਂ ਦੇ ਘਰ ਵੀ ਜਿਹੜੇ ਨੇ ਪੱਕੇ ਹੋ ਗਏ ਅਤੇ ਉਹਨਾਂ ਨੂੰ ਵੇੜੇ ਦੀ ਥਾਂ ਤੇ ਕਲੋਨੀ ਕਿਹਾ ਜਾਣ ਲੱਗਾ ਤਰਖਾਨ ਲੋਹਾਰ ਦਰਜੀ ਬ੍ਰਾਹਮਣ ਜਿਹੜੇ ਨੇ ਉਹ ਪਿੰਡ ਛੱਡ ਕੇ ਸ਼ਹਿਰ 'ਚ ਚਲੇ ਗਏ ਨੇ ਕਿਦਰੇ ਕਿਦਰੇ ਬਿਹਾਰੀ ਮਜ਼ਦੂਰਾਂ ਦਾ ਨੀਵੇਂ ਥਾਂ ਤੇ ਬਣਿਆ ਪੀਲੀਆਂ ਇੱਟਾਂ ਦਾ ਕੋਠਾ ਵੀ ਦਿਖਾਈ ਦਿੱਖਦਾ ਹੈ ਸੋ ਹੁਣ ਜਿਹੜੇ ਨੇ ਪਹਿਲਾਂ ਕੀ ਰਹਿੰਦੇ ਸੀ ਜਿਹੜੇ ਪਿੰਡ ਦੇ ਆਊਟਸਕਰਸ ਏਰੀਆ ਦੇ ਵਿੱਚ ਇੱਕ ਥਾਂ ਦੇ ਦੱਖਣ ਵਾਲੇ ਏਰੀਆ 'ਚ ਜਿਹੜੇ ਸੀ ਪਛੜੀਆਂ ਜਾਂਦਾ ਰਹਿੰਦੀਆਂ ਸੀ ਕੱਚੇ ਇਹਨਾਂ ਦੇ ਘਰ ਹੁੰਦੇ ਸੀ ਸਾਰਾ ਗੰਦੇ ਨਾਲੇ ਦਾ ਪਾਣੀ ਇਹਨਾਂ ਦੇ ਵੱਲ ਆਉਂਦਾ ਹੁੰਦਾ ਸੀ ਲੇਕਿਨ ਹੁਣ ਇਹਨਾਂ ਦੇ ਘਰ ਬਹੁਤ ਸੋਹਣੇ ਪੱਕੇ ਹੋ ਗਏ ਨੇ ਅਤੇ ਜਿਹੜੇ ਤਰਖਾਨ ਲੋਹਾਰ ਜਿਹੜੇ ਸੀਗੇ ਘਰ ਵਿੱਚ ਕਾਰ ਰਹਿੰਦੇ ਸੀ ਪਿੰਡ ਦੇ ਹੁਣ ਇਹਨਾਂ ਨੇ ਸ਼ਹਿਰ 'ਚ ਬਸਣਾ ਸਟਾਰਟ ਕਰ ਦਿੱਤਾ ਹੈ ਅਤੇ ਇਸ ਤਰ੍ਹਾਂ ਜਿਹੜਾ ਹੈ ਨਿਬੰਧਕਾਰ ਨੇ ਪੰਜਾਬ ਦੇ ਪੁਰਾਣੇ ਪਿੰਡਾਂ ਦਾ ਜ਼ਿਕਰ ਕੀਤਾ ਹੈ ਅਤੇ ਨਾਲ ਹੀ ਨਵੇਂ ਪਿੰਡਾਂ ਦੇ ਵਿੱਚ ਕਿਹੜੇ-ਕਿਹੜੇ ਚਿੰਜੀਸ ਆ ਗਏ ਨੇ ਇਹਨਾਂ ਦੇ ਬਾਰੇ ਵੀ ਜ਼ਿਕਰ ਕੀਤਾ ਹੈ ਸੋ ਬਹੁਤ ਹੀ ਬਹੁ ਪੱਖੀ ਵਿਦਵਤਤਾ ਦੇ ਭਰਪੂਰ ਜਿਹੜਾ ਹੈ ਚਾਨਣਾ ਪਾਇਆ ਗਿਆ ਬੜੀ ਹੀ ਰੋਚਕ ਦਿਲਚਸਪ ਅਤੇ ਗਿਆਨ ਵਧਾਊ ਜਿਹੜੀ ਹੈਗੇ ਸਾਨੂੰ ਜਾਣਕਾਰੀ ਦਿੰਦੀ ਹੈ ਸੋ ਏਸੀ ਅੱਜ ਦਾ ਵੀਡੀਓ ਮਿਲਦੇ ਨੇ ਨਵੇਂ ਵੀਡੀਓ ਦੇ ਨਾਲ